ਜਾਣਨਾ ਚਾਹਾਂਗੇ ਫਿਲਹਾਲ ਉੱਥੇ ਕੀ ਕੁਝ ਚੱਲ ਰਿਹਾ ਹੈ। ਕਾਵੀ ਬਿਲਕੁਲ ਕੱਲ ਖਰੜ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਬੇਭਰੋਸਗੀ ਦਾ ਮਤਾ ਜੋ ਹੈ ਉਸ ਤੇ ਵੋਟਿੰਗ ਹੋਣੀ ਸੀ ਔਰ ਸਿੱਧੇ ਤੌਰ ਤੇ ਕੁਝ ਮੈਂਬਰਾਂ ਵੱਲੋਂ 10 ਜਨਵਰੀ ਨੂੰ ਇਹ ਕਿਹਾ ਗਿਆ ਸੀ ਕਿ ਪ੍ਰਧਾਨ ਦੇ ਕੋਲ ਹੁਣ ਬਹੁਮਤ ਨਹੀਂ ਹੈ ਇਸ ਨੂੰ ਲੈ ਕੇ ਕੱਲ ਵੋਟਿੰਗ ਹੋਣੀ ਸੀ ਔਰ ਦੂਸਰੇ ਪਾਸੇ ਇੱਕ ਅਜਿਹਾ ਵਰਕਰ ਜਿਸ ਦੇ ਨਾਲ ਪਹਿਲਾਂ ਪੁਲਿਸ ਵੱਲੋਂ ਕੁੱਟਮਾਰ ਕੀਤੀ ਜਾਂਦੀ ਇਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਇਲਜ਼ਾਮ ਲਗਾਏ ਜਾਂਦੇ ਨੇ ਕਿ ਉਸਨੇ ਮਹਿਲਾ ਕਨਸਟੇਬਲ ਦੇ ਨਾਲ ਬਦਸਲੂਕੀ ਕੀਤੀ ਹੈ ਲੱਫੜ ਮਾਰੇ ਨੇ ਤਾਂ ਉਸਦੇ ਹੱਕ ਦੇ ਵਿੱਚ ਹੁਣ ਕਿਸਾਨ ਯੂਨੀਅਨ ਉਤਰੀਆਂ ਨੇ ਤਾਂ ਤਮਾਮ ਕਿਸਾਨ ਯੂਨੀਅਨ ਉਤਰੇ ਇਹ ਕਹਿ ਰਹੇ ਨੇ ਕਿ ਉਹ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਡਟਣ ਵਾਲਾ ਸੀ ਜੋ ਕੱਲ੍ਹ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਆ ਉਹ ਬੇਬੁਨਿਆਦ ਆ ਇਸ ਨੂੰ ਲੈ ਕੇ ਅੱਜ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਔਰ ਮੰਗ ਕੀਤੀ ਜਾ ਰਹੀ ਹੈ ਕਿ ਅਮਨਦੀਪ ਅੰਮੂ ਨੂੰ ਜਿਹੜਾ ਹੈਗਾ ਰਿਹਾ ਕਿਤਾ ਪਰਚਾ ਕੈਂਸਲ ਕੀਤਾ ਸਰ ਨਾਲ ਪ੍ਰਦੀਪ ਐਰਵਾਨ ਨੇ ਗੱਲ ਇਹਨਾਂ ਕਰ ਕਿਸ ਤਰੀਕੇ ਨਾਲ ਦੇ ਦਿਓ ਕੱਲ੍ਹ ਦੀ ਗ੍ਰਿਫਤਾਰੀ ਅੱਜ ਤੁਸੀਂ ਇਕੱਠੇ ਹੋਏ ਹੋ ਕਿਸਾਨ ਆਗੂ ਇਕੱਠੇ ਹੋਏ ਆ ਕਾਰਨ ਕੀ ਮੰਗਦੇ ਹੋ? ਪਹਿਲੀ ਗੱਲ ਤਾਂ ਜਿਹੜਾ ਸਾਡਾ ਮਸਲਾ ਹੈ ਅੱਜ ਸਾਡਾ ਇੱਕ ਵਰਕਰ ਆ ਅੰਬੂ ਉਹਦੇ 'ਤੇ ਕੱਲ੍ਹ ਪੁਲਿਸ ਨੇ ਪਰਚਾ ਦਿੱਤਾ ਹੈ ਕੱਲ੍ਹ ਕਮੇਟੀ ਦੀ ਚੋਣ ਸੀਗੀ ਉਹਦਾ ਚਾਚਾ ਮਾਨ ਸਿੰਘ ਆ ਜਿਹੜਾ ਉਹ MC ਹੈ ਇੱਥੇ ਉਹ ਆਪਣੇ ਚਾਚੇ ਦੇ ਨਾਲ ਗਿਆ ਸੀਗਾ ਇਹਨਾਂ ਨੇ ਵੋਟ ਦਾ ਜਿਹੜਾ ਮਸਲਾ ਸੀਗਾ ਬੇਭਰੋਸੀ ਦਾ ਮਤਾ ਲਿਆਂਦਾ ਪਿਆ ਸੀਗਾ ਕੱਲ੍ਹ ਜਿਹਦੇ ਕਰਕੇ ਉਹ ਆਪਣੇ ਚਾਚੇ ਨਾਲ ਗਿਆ ਸੀ ਮਾਨ ਸਿੰਘ ਨੇ ਉਹਨੂੰ ਵੋਟ ਪਾਉਣੀ ਸੀ ਪ੍ਰਧਾਨ ਨੂੰ ਸਰਕਾਰ ਨਹੀਂ ਸੀ ਚਾਹੁੰਦੀ ਵੀ ਮਾਨ ਸਿੰਘ ਪ੍ਰਧਾਨ ਨੂੰ ਵੋਟ ਪਾਵੇ ਇਸ ਕਰਕੇ ਉਹ ਆਪਣੇ ਚਾਚੇ ਨਾਲ ਗਿਆ ਤਾਂ SHO ਸਾਹਿਬ ਦਾ ਫਰਜ਼ ਨਹੀਂ ਬਣਦਾ ਹੈਗਾ ਵੀ ਇੱਕ ਚੁਣੇ ਹੋਏ MC ਨੂੰ ਅੰਦਰ ਤੋਂ ਚੱਕ ਕੇ ਲਿਆਵੇ ਉਹ ਆਪਣੇ ਚਾਚੇ ਨੂੰ ਛਡਾਉਣ ਵਾਸਤੇ ਪੁਲਿਸ 'ਤੇ ਉੱਥੇ ਗਿਆ ਸੀਗਾ ਧੱਕੇ ਮੁੱਕੀ ਦੇ ਵਿੱਚ ਸਾਨੂੰ ਇਹ ਵੀ ਨਹੀਂ ਪਤਾ ਵੀ ਕਿਸੇ ਮੁਲਾਜ਼ਮ ਦੇ ਧੱਕਾ ਵੱਜਿਆ ਜਾਂ ਥੱਪੜ ਵੱਜਿਆ ਹੈ ਜਦੋਂ ਧੱਕਾ ਮੁੱਕੀ ਹੁੰਦੀ ਹੈ ਤਾਂ ਵੱਜ ਵੀ ਸਕਦਾ ਹੈ ਅਸੀਂ ਉਹ ਮੁਲਾਜ਼ਮ ਨੂੰ ਵੀ ਮਿਲੂਗੇ ਸਾਨੂੰ ਡਿਪਟੀ ਸਾਹਿਬ ਨੇ ਵੀ ਬੁਲਾਇਆ ਵਿਆ ਹੈ SP ਸਾਹਿਬ ਨਾਲ ਵੀ ਸਾਡੀ ਗੱਲ ਹੋਈ ਆ ਪਰ ਸਾਡਾ ਤਾਂ ਇੱਕੇ ਮਸਲਾ ਹੈ ਪ੍ਰਧਾਨਗੀ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਜੇ ਉਹਨਾਂ ਕੋਲ ਬਹੁਮਤ ਆ ਤਾਂ ਤਾਰ ਲਵੇਂ ਪ੍ਰਧਾਨ ਨੂੰ ਸਾਡਾ ਕੋਈ ਮਤਲਬ ਨਹੀਂ ਸਾਡਾ ਜਿਹੜਾ ਕਿਸਾਨ ਯੂਨੀਅਨ ਦਾ ਵਰਕਰ ਆ ਉਹਦੇ ਪਰ ਇਹਨਾਂ ਨੇ ਨਜਾਇਜ਼ ਪਰਚਾ ਦਿੱਤਾ ਹੈ ਜਿਹੜੀ ਪੁਲਿਸ ਦੀ ਧੱਕੇਸ਼ਾਹੀ ਆ ਇਹ ਨਹੀਂ ਚੱਲੂਗੀ ਜੇਕਰਾਂ ਪੁਲਿਸ ਕਰ ਰਹੀ ਆ ਬਿਲਕੁਲ ਗਲਤ ਕਰ ਰਹੀ ਆ ਅਸੀਂ ਨਹੀਂ ਚਾਹੁੰਦੇ ਵੀ ਕਿਸੇ ਵੀ ਨਜਾਇਜ਼ ਨੂੰ ਫਸਾਇਆ ਜਾਵੇ ਇਹ ਤਾਂ ਫਿਰ ਵੀ ਸਾਡਾ ਵਰਕਰ ਆ ਜਦ ਪੁਲਿਸ ਇੱਥੇ ਤੱਕ ਆ ਗਈ ਵੀ ਆਪਣੇ ਚੁਣੇ ਹੋਏ ਮੈਂਬਰ ਦੇ ਨਾਲ ਵੀ ਬੰਦਾ ਨਹੀਂ ਜਾ ਸਕਦਾ ਹੈਗਾ ਪੁਲਿਸ ਡਰਾਉਣ ਤੱਕ ਪਹੁੰਚੀ ਵੀ ਆ ਅਸੀਂ ਡਿਪਟੀ ਸਾਹਿਬ ਨੇ ਸਾਨੂੰ ਬੁਲਾਇਆ ਹੈ SP ਸਾਹਿਬ ਨਾਲ ਸਾਡੀ ਗੱਲ ਹੋਈ ਆ ਜੇਕਰ ਮੈਡਮ ਨੇ ਕੋਈ ਸਾਡੇ ਹੱਕ ਦੇ ਵਿੱਚ ਫੈਸਲਾ ਨਾ ਕਰਿਆ ਤਾਂ ਅਸੀਂ ਥਾਣੇ ਦਾ ਘਿਰਾਓ ਵੀ ਕਰੂੰਗੇ ਉਹ ਤੋਂ ਬਾਅਦ ਕਾਰਵਾਈ ਕਰੂੰਗੇ ਜਿਹੜੀ ਕਰਨ ਯੋਗ ਹੋਈ ਪਹਿਲਾਂ ਪੁਲਿਸ ਦੇ ਨੂੰ ਅਸੀਂ ਮਿਲਣ ਚੱਲੇ ਹਾਂ ਇੱਕ ਗੱਲਾਂ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਮਿਲ ਲਈਏ ਜੇਕਰ ਪੁਲਿਸ ਸਾਡੀ ਗੱਲ ਸੁਣਦੀ ਆ ਅੰਮੂ ਨੂੰ ਬਿਨਾਂ ਗੱਲ ਤੋਂ ਰਿਹਾ ਕਰਦੀ ਆ ਪਰਚਾ ਕੈਂਸਲ ਕਰਦੀ ਆ ਫਿਰ ਇਹ ਧਰਨਾ ਕੈਂਸਲ ਹੋ ਸਕਦਾ ਹੈ ਨਹੀਂ ਇਹ ਧਰਨਾ ਉਕਣਾ ਵਰਕਲਾ ਰਹੂਗਾ ਅੱਜ ਸਾਰੀਆਂ ਕਿਸਾਨ ਯੂਨੀਅਨਾਂ ਇੱਕ ਕਿਸਾਨ ਯੂਨੀਅਨ ਇਸ ਹੱਕ ਦੇ ਵਿੱਚ ਉਤਰੀ ਹੈ ਜਿਹੜੀ ਮੋਹਾਲੀ ਜ਼ਿਲ੍ਹੇ ਦੀ ਹੈ ਸਾਰੀਆਂ ਜਥੇਬੰਦੀਆਂ ਇਕੱਠੀਆਂ ਮੋਹਾਲੀ ਜ਼ਿਲ੍ਹੇ ਵਿੱਚ ਇਹੋ ਜਿਹਾ ਕੋਈ ਨਹੀਂ ਵੀ ਇਹ ਕੋਈ ਨਾ ਆਵੇ ਜਦ ਮੈਂ ਕਾਲ ਦੇ ਦਿੰਦਾ ਸਾਰੇ ਹੀ ਆਉਂਦੇ ਕਿਉਂ ਅਸੀਂ ਏਕਾ ਰੱਖਦੇ ਹਾਂ ਮੋਹਾਲੀ ਜ਼ਿਲ੍ਹੇ ਵਿੱਚ ਜਥੇਬੰਦੀ ਕੋਈ ਵੀ ਹੋਵੇ ਚਾਹੇ ਡਕੌਂਦਾ ਚਾਹੇ ਰਾਜੇ ਵਾਲਾ ਚਾਹੇ ਡੱਲੇ ਵਾਲਾ ਸਾਰੀਆਂ ਦਾ ਏਕਾ ਇੱਕ ਹੈ ਅਸੀਂ ਉਹ ਤਾਂ ਸਭ ਖਤਰੇ ਲੜਦਾ ਤਾ ਕਿਸਾਨੀ ਸੰਘਰਸ਼ 13 ਮਹੀਨੇ ਚੱਲਿਆ 13 ਮਹੀਨੇ ਹੀ ਉਰ ਖੜਿਆ ਉਹ ਅਸੀਂ ਉਹਦੇ ਹੱਕ ਵਿੱਚ ਹੈ ਅਸੀਂ ਜਥੇਬੰਦੀਆਂ ਸਾਡੀਆਂ ਵੱਖ ਵੱਖ ਬਿਸ਼ੱਕ ਹੋਵੇ ਪਰ ਅਸੀਂ ਸੰਘਰਸ਼ ਨੂੰ ਇੱਕ ਹੈ। ਪਰਮਪ੍ਰੀਤ ਕਿਸ ਤਰੀਕੇ ਨਾਲ ਗ੍ਰਿਫਤਾਰੀ ਦੇਖਦੇ ਹੋ ਐਕਸ਼ਨ ਕੀ ਆਏਗਾ ਉਹ ਤੁਹਾਡੀ ਗੱਲਬਾਤ ਹੋਈ ਨਹੀਂ? ਦੇਖੋ ਅੰਮੂ ਨਾਲ ਸਾਡੀ ਕੋਈ ਗੱਲ ਨਹੀਂ ਹੋਈ ਗੱਲ ਮੇਨ ਆ ਵੀ ਜੋ ਪ੍ਰਧਾਨ ਜੀ ਨੇ ਕਿਹਾ ਵੀ ਪ੍ਰਧਾਨ ਜੋ ਨਗਰ ਕੌਂਸਲ ਦੀ ਪ੍ਰਧਾਨਗੀ ਸਾਨੂੰ ਉਹਦਾ ਕੋਈ ਮਤਲਬ ਨਹੀਂ ਕੋਈ ਵੀ ਪ੍ਰਧਾਨ ਬਣੇ ਕੋਈ ਨਾ ਬਣੇ ਸਾਨੂੰ ਸਿਰਫ ਸਾਡੇ ਵਰਕਰ ਤੱਕ ਮਤਲਬ ਆ ਉਹ ਸਿਰਫ ਆਪਣੇ ਚਾਚੇ ਦੇ ਅੰਦਰੋਂ ਚੀਕਾਂ ਸੁਣ ਕੇ ਉਹਨੂੰ ਬਚਾਉਣ ਗਿਆ ਸੀਗਾ ਅਤੇ ਮੀਡੀਆ ਕੋਲ ਵੀ ਫੁਟੇਜ ਹੈਗੀਆਂ ਹੈ ਵੀ ਕੋਈ ਲੇਡੀ ਕਾਂਸਟੇਬਲ ਉੱਥੇ ਹੈ ਵੀ ਨਹੀਂ ਸੀਗੀ ਜਿਹੜੇ ਇਹ ਕਹਿ ਰਹੇ ਵੀ ਮੀਡੀਆ ਉਹਦੇ ਥੱਪੜ ਮਾਰੇ ਤਾਂ ਮੀਡੀਆ ਦੀ ਕਾਰਵਾਈ ਕਿਵੇਂ ਵੇਖਦੇ ਹੋ? ਇਹ ਨਜਾਇਜ਼ ਧੱਕਾ ਜੀ ਅਸੀਂ ਵੀ ਸਮਝਦੇ ਹਾਂ ਵੀ ਪੁਲਿਸ ਪ੍ਰਸ਼ਾਸਨ ਵੀ ਵਿਚਾਰਾ ਮਜਬੂਰ ਆ ਉਹਨਾਂ ਵਿਚਾਰਿਆਂ ਨੇ ਨੌਕਰੀ ਕਰਨੀ ਆ ਉੱਪਰ ਡੰਡਾ ਏ ਸਰਕਾਰ ਦਾ ਹੁਕਮ ਅਗਲੇ ਨੂੰ ਵਜਾਉਣਾ ਪੈਂਦਾ ਏ ਤਾਂ ਵੀ ਪ੍ਰਸ਼ਾਸਨ ਵੀ ਮਜਬੂਰ ਆ ਉਹਨਾਂ ਨੂੰ ਮਜਬੂਰੀ ਜੇ ਕਰਨਾ ਪੈ ਰਿਹਾ। ਇੱਕ ਪੁਲਿਸ ਦਾ ਕੇਸ ਬਣਿਆ ਵਾ 3 ਮਹੀਨੇ ਹੋ ਗਏ ਮੁੰਡੇ ਦਾ ਸਿਰ ਪਾੜਤਾ ਤਾਂ ਬਚ ਗਿਆ ਚਲੋ PGI ਜਾ ਕੇ ਬਹੁਤ ਵਧੀਆ ਗੱਲ ਹੈ 3 ਮਹੀਨੇ ਮੈਂ ਪੁਲਿਸ ਦਾ ਇਹੀ ਜਿਹੀ ਕਾਰਗੁਜ਼ਾਰੀ ਅੱਜ ਤੱਕ ਗ੍ਰਿਫਤਾਰੀ ਨਹੀਂ ਪਾਈ ਇਹਦੇ ਪਰ ਜਦੇ ਪਰਚਾ ਕਰਤਾ ਰਾਤ ਊਂ ਕਹਿੰਦੇ ਅਸੀਂ ਰੋਜ਼ ਕਰਦੇ ਉਹਦੀ ਆਹ ਕਾਪੀ ਹੈਗੀ ਇਹਦੇ ਪਰ ਚੱਕਿਆ ਬਾਅਦ ਵਿੱਚ ਪਹਿਲਾਂ ਪਰਚਾ ਹੋ ਜਾਂਦਾ ਤਾਂ ਇਹ ਕਾਫੀ FIR ਹੈ ਜੋ ਕੱਲ FIR ਕੱਟੀ ਗਈ ਹੈ ਸਿੱਧੇ ਤੌਰ ਤੇ 332, 353, 354, 186, 186 ਵਿਘਨ ਪਾਉਣ ਦਾ ਔਰ 3A ਦਾ ਪਰਚਾ ਦੇ ਦਿੱਤਾ ਗਿਆ ਔਰ ਇਹੀ ਇਲਜ਼ਾਮ ਲਗਾਏ ਜਾ ਰਹੇ ਨੇ ਕਿ
साडे वर्कर नूं नजायज़ तौर पर परेशान किया जा रहा किसान यूनियन कह रही है। तो हुण जिहड़ा है अमनदीप अम्मू के हक के तमाम किसान यूनियन डटिया ने और एक बार डिप्टी नूं मिलन जा रहे हैं जिहड़े तो इस तों बाद सीधे तौर पर जेकर अज अम्मू का परचा कैंसल ना किया जेकर अज अम्मू नूं यह कह रहे हैं कि बेकसूर है जेकर परचा कैंसल नहीं किया अज उन्होंने बाहर ना किया तो इस तो बाद एक वड्डा प्रदर्शन किसान यूनियन अपने तौर पर लिखनी है और इस नूं लैके बकायदा तौर पर थाने के घराओ की चेतावनी भी दे दी गई है। जी रमन, जो बकायदा देखने मिले कि हुण तिखे संघर्ष की तैयारी एक बार इन्होंने वालों उलीक दी गई है, जानना चाहवांगे कि आखिर इस मामले के होर इन्होंने वालों की कुछ किया जा सकता है। कवि कल जदों वोटिंग होनी सी वोटिंग तो ठीक पहला एक इल्जाम लगाया जाता प्रधान नगर कौंसल वालों के कुछ लोग बाहरी व्यक्ति ने वो DVD के नाल छेड़छाड़ कर रहे हैं। इस तो बाद मान सिंह जो चुनिया होया नुमाइंदा और उसका विरोध करता तो उसके हक के अमनदीप अम्मू जिसते केस दर्ज किया गया उसका वो रिश्ते वजह भतीजा लगता सी उन्होंने बचाने की खातर गया और यह भी इल्जाम लगाया कि जबरदस्ती मान सिंह पुलिस वालों चुकन की कोशिश की गई तो बहुमत के हक में जोड़े है अपनी वोट कास्ट ना कर पा। इस तो बाद पूरा मामला विगड़ता और उत्तर दो लोग मौजूद होर होंगे ने एक बिना कसूर तो पुलिस उत्ते छड़ के चली जाती और दूसरे से परचा दे दी आ। इस विरोध के किसान यूनियन इकट्ठिया हुई और मांग कर कि कल की पुलिस की कार्रवाई वो नजायज़ आ। इस नजायज़ कार्रवाई के खिलाफ किसान यूनियन डटनिया और अमनदीप अम्मू जिते कल एक परचा दिता गया पुलिस की कार्रवाई विघन पाउण दा वर्दी पाड़न दा महिला कॉन्स्टेबल दे नाल धक्केशाही करन दा ते ओह बेबुनियाद आ। ते हुण किसान यूनियन हक दे विच डटियां ने एक बार जिहड़ा हैगा पुलिस दे वड्डे अफसरां नूं मिलिया जाएगा जेकर सुनवाई नहीं हुंदी तो फिर थाने और मेन चौंक दे विच जिहड़ा हैगा पक्का धरना वह लगा दिता जाएगा। जी ठीक है, फिलहाल बहुत बहुत शुक्रिया तुहाडा रमन इस तमाम जानकारी के लिए। सो खरड़ म्यूनसीपल कमेटी बेपरोसगी का है मामला है जिस तहत गिरफ्तार किए गए अकाली वर्कर के हक के थाने का घिराओ किया गया है। खरड़ के मेन चौंक के प्रदर्शन किया जा रहा है। खरड़ वासी किसान आगू से अकाली वर्करा वालों मुजहरा किया जा रहा है। अकाली वर्करा ने पुलिस की कार्रवाई नजायज़ दसिया। पुलिस ने हालांकि महिला पुलिस मुलाजम उत्ते हाथ चुकन से वर्दी पाड़न का दोष लगाया। कल खरड़ कमेटी के बेपरोसगी मता ईओ की मौजूदगी के फेल होया। उधर खन्ना पुलिस के वालों गिरफ्तार गैंग